ਇਹਨਾਂ ਪਹਿਲਵਾਨਾਂ ਦੀ ਪਹਿਲਵਾਨੀ ਦਾ ਸੋ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਤੇ ਪੰਜਾਬੀ ਲਾਈਵ ਟੀਵੀ ਤੇ ਅੱਜ ਦਾ ਇਹ ਕੁਸ਼ਤੀ ਜੰਗਲ ਜਿਹੜਾ ਲਾਈਵ ਕੀਤਾ ਜਾ ਰਿਹਾ ਹੈ ਕੁੱਲ ਦੁਨੀਆ ਦੇ ਵਿੱਚ ਕੁਸ਼ਤੀ ਦੇ ਪ੍ਰੇਮੀ ਅੱਜ ਨੈੱਟ ਦੇ ਜ਼ਰੀਏ ਆਨੰਦ ਮਾਣ ਰਹੇ ਨੇ ਕੁਬਾਹੜੀ ਦੇ ਇਸ ਮੈਦਾਨ ਦਾ ਕਿ ਡੂੰਘੇ ਪਾਣੀਆਂ 'ਚ ਸੌਖੀਆਂ ਨਾ ਲੱਗਦੀਆਂ ਨੇ ਚੂਹੀਆਂ ਸੌਖੀਆਂ ਨਾ ਪੈਣ ਪੱਟਾਂ ਵਿੱਚ ਘੋਗੀਆਂ ਜੇਠ ਦੇ ਮਹੀਨੇ ਤੱਤੀ ਲੋ ਵਗਦੀ ਤੇ ਪੋਹ ਦੇ ਮਹੀਨੇ 'ਚ ਨਾ ਅੱਗ ਲੱਭਦੀ ਕਰ ਕਰ ਮਿਹਨਤਾਂ ਪੈਂਦੇ ਨੇ ਅੰਗ ਜੁੰਦਣੇ ਕਿ ਸੌਖੇ ਨਹੀਂ ਹੋ ਪੰਮਿਆਂ ਸਰੀਰ ਗੁੰਦਣੇ ਕਿ ਸੌਖੇ ਨਹੀਂ ਹੋ ਪੰਮਿਆਂ ਇਹ ਸਰੀਰ ਗੁੰਦਣੇ ਲੋਕ ਕੀਤੀਆਂ ਹੋਈਆਂ ਮਿਹਨਤਾਂ ਮੁਸ਼ਕਤਾਂ ਉਹਨਾਂ ਦੇ ਸਰਨਾਮੇ ਪੁੱਛੇ ਜਾਂਦੇ ਨੇ ਜਿਨ੍ਹਾਂ ਨੇ ਕੋਚਾਂ ਤੋਂ ਮਾਰਾਂ ਖਾਧੀਆਂ ਨੇ ਲੋ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹੀ ਇਹਨਾਂ ਮੈਦਾਨਾਂ ਦਾ ਸ਼ਿੰਗਾਰ ਬਣਦੇ ਨੇ ਵਧੀਆ ਮੇਰੀ ਗੱਲ ਪੂਰਾ ਆਪਣੇ ਚੇਂਜ ਪਾਓ ਲੋਕ ਸਹੀ ਰਹਿੰਦਾ ਸਾਡੇ ਪ੍ਰਧਾਨ ਜੀ ਕਿਸਾਨ ਯੂਨੀਅਨ ਲੱਖੋਵਾਲ ਸੋਢੀ ਸਾਹਿਬ ਕੁਬਾਹੜੀ ਸਾਡੇ 'ਚ ਪਹੁੰਚ ਗਏ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਧਰ ਮਾਨਸਮਾਨ ਜਿਹੜੇ ਕੀਤੇ ਜਾਣੇ ਨੇ ਬਾਬਾ ਸਾਹਿਬ ਸਿੰਘ ਜੀ ਆਨੰਦਪੁਰ ਸਾਹਿਬ ਵਾਲਿਆਂ ਦਾ ਜਿਹੜਾ ਮਾਨਸਮਾਨ ਕੀਤਾ ਜਾਣਾ ਹੈ ਅੱਜ ਦੇ ਇਸ ਕੁਸ਼ਤੀ ਦੰਗਲ ਦੇ ਵਿੱਚ ਜਿਹੜਾ ਮਾਨਸਮਾਨ ਕੀਤਾ ਜਾਣਾ ਹੈ ਬਾਬਾ ਸਾਹਿਬ ਜੀ ਆਨੰਦਪੁਰ